ਕੱਲ੍ਹ ਮਿਤੀ 15/2 ਨੂੰ ਸ਼ਾਮੀ ASI ਮਹਿਲ ਸਿੰਘ ਆਪਣੀ ਪਾਰਟੀ ਦੇ ਨਾਲ ਜੀ 18 ਪਿੰਡ ਗਸ਼ਤ 'ਤੇ ਸੀਗੇ। ਉੱਥੇ ਉਹਨਾਂ ਨੇ ਨਾਕਾ ਲਾਇਆ ਸ਼ੱਕੀ ਬੰਦਿਆਂ ਨੂੰ ਚੈੱਕ ਕਰਨ ਵਾਸਤੇ, ਅਤੇ ਉੱਥੇ ਇੱਕ ਗੱਡੀ ਸਵਿਫਟ ਡਿਜ਼ਾਇਰ ਉਹ ਉੱਥੋਂ ਉਹਨਾਂ ਨੂੰ ਜਦ ਰੁਕਣ ਦਾ ਇਸ਼ਾਰਾ ਦਿੱਤਾ ਅਤੇ ਗੱਡੀ ਬੈਕ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਅਤੇ ਉਹਨਾਂ ਨੂੰ ਕਾਬੂ ਕਰਕੇ ਬੰਦਿਆਂ ਨੂੰ ਵਿੱਚ 2 ਬੰਦੇ ਸੀਗੇ ਜਿਨ੍ਹਾਂ ਨੂੰ ਚੈੱਕ ਕੀਤਾ ਗਿਆ। ਇੱਕ ਦਾ ਨਾਂ ਜੀ ਸੁਰਿੰਦਰ ਸਿੰਘ ਪੁੱਤਰ ਸੂਬਾ ਸਿੰਘ, ਇਹ ਸੁਲਤਾਨਪੁਰ ਦਾ ਰਹਿਣ ਵਾਲਾ ਹੈ। ਇੱਕ ਜੋਗਾ ਸਿੰਘ ਹੈ, ਉਹ ਪੁੱਤਰ ਗੁਰਦੇਵ ਸਿੰਘ ਅਟਾਰੀ ਦਾ ਰਹਿਣ ਵਾਲਾ ਹੈ। ਇਹਨਾਂ ਦੀ ਹਸਬ ਜਾਬਤਾ ਜਦ ਤਲਾਸ਼ੀ ਕੀਤੀ ਅਤੇ ਸੁਰਿੰਦਰ ਸਿੰਘ ਤੋਂ 250 ਗ੍ਰਾਮ ਹੀਰੋਇਨ ਅਤੇ ਜੋਗਾ ਸਿੰਘ ਤੋਂ 50 ਗ੍ਰਾਮ ਹੀਰੋਇਨ ਬਰਾਮਦ ਹੋਈ, ਜਿਨ੍ਹਾਂ ਦੇ ਖਿਲਾਫ਼ ਪਰਚਾ ਦਰਜ ਕਰਕੇ 46 ਨੰਬਰ ਮੁਕੱਦਮਾ 2185 ਦਾ ਦਰਜ ਕੀਤਾ ਹੈ। ਅਤੇ ਹੁਣ ਅੱਗੇ ਇਨਵੈਸਟੀਗੇਸ਼ਨ ਅਸੀਂ ਕਰਦੇ ਪਏ। ਸਰ, ਕੋਈ ਇਹਨਾਂ ਦੇ ਪਹਿਲਾਂ ਕੋਈ ਕਾਰ ਪਰਚਾ ਕੋਈ ਦਰਜ ਹੋਇਆ ਗਿਆ ਹੈ? ਸੁਰਿੰਦਰ ਸਿੰਘ 'ਤੇ FIR ਨੰਬਰ 46 ਹੈ, ਜੋ 16 'ਚ ਦਰਜ ਹੋਇਆ ਸੀਗਾ ਦਿੱਲੀ 'ਚ। ਸਪੈਸ਼ਲ ਸੈੱਲ ਦਿੱਲੀ ਨੇ ਪਰਚਾ ਦਰਜ ਕੀਤਾ ਸੀ, 4 ਕਿਲੋ ਫਿਰ ਹੁੰਦਾ, ਇੱਥੇ ਪਰਚਾ ਦਰਜ ਹੋਇਆ ਪਹਿਲੀ ਵੀ ਇੱਕ ਵਾਰ। ਅਤੇ ਸਰ, ਕੋਈ ਹੋਰ ਸਾਥੀ ਇਹਨਾਂ ਦੇ ਨਾਲ? ਇਹ ਜੀ ਹੁਣ ਅਸੀਂ ਇਨਵੈਸਟੀਗੇਸ਼ਨ ਅੱਗੇ ਕਰਦੇ ਪਏ ਹਾਂ, ਇਹਨਾਂ ਦੇ ਮੋਬਾਈਲ ਨੰਬਰਸ ਤੋਂ ਅੱਗੇ ਟਰੇਸ ਕਰ ਰਹੇ ਹਾਂ ਕੰਮ, ਅਤੇ ਲਿੰਕ ਸਾਨੂੰ ਮਿਲਿਆ, ਉਹ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਹੋਰ ਤੁਹਾਨੂੰ ਦੱਸਦੇ ਰਹਾਂਗੇ। ਅਤੇ ਸਰ, ਇਹਨਾਂ ਦਾ ਪਰਚਾ ਦਰਜ ਰਿਮਾਂਡ ਦੀ ਕੀਤੀ ਹੈ ਡਿਮਾਂਡ ਜੀ? ਹਾਂਜੀ, ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਅਤੇ ਵੱਧ ਤੋਂ ਵੱਧ ਰਿਮਾਂਡ ਲੈ ਕੇ ਫਿਰ ਅੱਗੇ ਕਾਰਵਾਈ ਸ਼ੁਰੂ ਕਰਾਂਗੇ।